ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਗੁਰਵਿੰਦਰ ਪੀਡੀ ਚੈਨਲ। ਕਾਫੀ ਬੱਚਿਆਂ ਦਾ ਮੈਸੇਜ ਕੁਐਸਚਨਸ ਆਉਂਦੇ ਪਏ ਸੀ ਵੀ ਇੱਕ ਵੀਡੀਓ ਸਰ ਜਿਹੜੀ ਆ ਉਹ ਡਿਕਟੇਸ਼ਨ ਤੇ ਬਣਾ ਦਿਓ, ਕਾਫੀ ਕਨਫਿਊਜ਼ਨ ਕਾਫੀ ਡਾਊਟ ਸਾਨੂੰ ਡਿਕਟੇਸ਼ਨ ਦੇ ਵਿੱਚ ਆ। ਸੋ ਅੱਜ ਦੀ ਵੀਡੀਓ ਜਿਹੜੀ ਆ ਈਚ ਐਂਡ ਐਵਰੀਥਿੰਗ ਡਿਕਟੇਸ਼ਨਸ ਤੇ ਹੋਊਗੀ। ਇੱਕ ਨਵਾਂ ਮੈਥਡ, ਇੱਕ ਨਵੀਂ ਟੈਕਨੀਕ ਵੀ ਤੁਹਾਡੇ ਨਾਲ ਜਿਹੜੀ ਡਿਕਟੇਸ਼ਨ ਦੇ ਬਾਰੇ ਸ਼ੇਅਰ ਕਰਨ ਜਾਊਂਗਾ ਵੀ ਡਿਕਟੇਸ਼ਨ ਨੂੰ ਤੁਸੀਂ 7 ਦਿਨਾਂ ਦੇ ਵਿੱਚ ਕਿਵੇਂ ਇੰਪਰੂਵਸ ਕਰ ਸਕਦੇ ਹੋ। 7 ਡੇਜ਼ ਦੇ ਵਿੱਚ ਸਿਰਫ ਤੁਸੀਂ ਉਹ ਮੈਥਡਸ ਨੂੰ ਯੂਜ਼ ਕਰਕੇ ਆਪਣੀ ਪੂਰੀ ਡਿਕਟੇਸ਼ਨ ਨੂੰ ਵੀ ਪਿਕ ਕਰ ਸਕਦੇ ਹੋ। ਕਾਫੀ ਬੱਚਿਆਂ ਦੇ ਕੁਐਸਚਨ ਆਉਂਦਾ ਪਿਆ ਸੀਗਾ ਵੀ ਡਿਕਟੇਸ਼ਨ ਜਿਹੜੀ ਆ ਡਿਕਟੇਸ਼ਨ ਸਾਡੇ ਤੋਂ ਚੱਕੀ ਨਹੀਂ ਜਾਂਦੀਗੀ, ਅਸੀਂ ਡਿਕਟੇਸ਼ਨ ਨੂੰ ਪਿਕ ਕਰਦੇ ਪਏ ਆ। ਡਿਕਟੇਸ਼ਨ ਦੇ ਵਿੱਚ ਸਾਡੇ 5, 7 ਦੈਟਸ ਇਟ, ਅਸੀਂ 10 ਵਰਡਸ ਦੀ ਡਿਕਟੇਸ਼ਨ, 15 ਵਰਡਸ ਤੱਕ ਦੀ ਡਿਕਟੇਸ਼ਨ ਨੂੰ ਕਿਵੇਂ ਪਿਕ ਕਰ ਸਕਦੇ ਆ, ਕੋਈ ਮੈਥਡ ਇਦਾਂ ਦਾ ਸ਼ੇਅਰ ਕਰੋ। ਸੋ ਅੱਜ ਦੀ ਵੀਡੀਓ ਦੇ ਵਿੱਚ ਇਦਾਂ ਦਾ ਮੈਥਡ ਸ਼ੇਅਰ ਕਰੂੰਗਾ, ਤੁਸੀਂ ਪੂਰੀ ਡਿਕਟੇਸ਼ਨ ਨੂੰ ਪਿਕ ਕਰ ਸਕਦੇ ਹੋ ਉਹ ਵੀ 7 ਡੇਜ਼ ਦੇ ਵਿੱਚ। ਸਭ ਤੋਂ ਪਹਿਲੀ ਚੀਜ਼ ਆ ਡਿਕਟੇਸ਼ਨ ਤੋਂ ਲੈ ਕੇ ਕੋਈ ਨੋਰਮਲ ਚੀਜ਼ਾਂ ਨੂੰ ਪਹਿਲਾਂ ਸਮਝਣ ਦੀ ਕੋਸ਼ਿਸ਼ ਕਰੋ। ਬੱਚੇ ਐਗਜ਼ਾਮ 'ਚ ਇਹ ਚੀਜ਼ 'ਚ ਬੜਾ ਕਨਫਿਊਜ਼ ਆ ਵੀ ਸਰ ਡਿਕਟੇਸ਼ਨ ਜਿਹੜੀ ਆ ਡਿਕਟੇਸ਼ਨ ਦੇ ਵਿੱਚ ਅਸੀਂ ਐਕਸਟਰਾ ਵਰਡ ਐਡ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ ਗੇ। ਰਾਜੇ ਡਿਕਟੇਸ਼ਨ ਦੇ ਵਿੱਚ ਤੁਸੀਂ ਐਕਸਟਰਾ ਵਰਡ ਐਡ ਕਰ ਸਕਦੇ ਹੋ, ਕੋਈ ਡਿਕਟੇਸ਼ਨ ਵਿੱਚ ਐਕਸਟਰਾ ਵਰਡ ਦੀ ਕੋਈ ਰੋਕ ਟੋਕ ਨਹੀਂ ਆ। ਬੱਚੇ ਕਹਿੰਦੇ ਵੀ ਵਰਡ ਲਿਮਿਟ ਆ ਸਰ, ਇਦੋਂ ਵੱਧ ਵਰਡ ਅਸੀਂ ਕਰ ਨਹੀਂ ਸਕਦੇ ਗੇ, ਜਾਂ ਐਕਸਟਰਾ ਵਰਡ ਅਸੀਂ ਐਡ ਕਰਦੇ ਪਏ ਹਾਂ ਸਾਡੇ ਨੈਗੇਟਿਵ ਮਾਰਕਿੰਗ ਜਿਹੜੀ ਆ ਉਹ ਰਾਈਟਿੰਗ ਦੇ ਵਿੱਚ ਹੋਊਗੀ। ਡਿਕਟੇਸ਼ਨ ਦੇ ਵਿੱਚ ਨਾ ਤਾਂ ਕੋਈ ਨੈਗੇਟਿਵ ਮਾਰਕਿੰਗ ਆ, ਨਾ ਹੀ ਡਿਕਟੇਸ਼ਨ ਦੇ ਵਿੱਚ ਐਕਸਟਰਾ ਵਰਡ ਐਡ ਕਰਨ ਦੀ ਕੋਈ ਲਿਮਿਟ ਆ। ਮੈਂ ਵੈਸੇ ਇੱਕ ਦਿਨ ਲਾਈਵ ਦੇ ਵਿੱਚ ਬੱਚਿਆਂ ਨੂੰ ਕਿਹਾ ਸੀਗਾ ਵੀ ਜੇ 10 ਵਰਡਸ ਦੀ ਡਿਕਟੇਸ਼ਨ ਆਉਂਦੀ ਪਈ ਆ ਤੁਸੀਂ 10 ਵਰਡ ਦੀ ਡਿਕਟੇਸ਼ਨ ਨੂੰ 20 ਵਰਡਸ ਦੀ ਲਿਖਦਿਆ ਕਰੋ, ਬਹੁਤ ਆ। ਜਿਵੇਂ ਜਸਟ ਫੋਰ ਐਗਜ਼ਾਮਪਲ ਤੁਹਾਨੂੰ ਆਇਆ ਗਵਰਨਮੈਂਟ ਨਾਲ ਗਵਰਨਮੈਂਟਸ ਪਾ ਦਿਓ, ਪੀਪਲ ਨਾਲ ਪੀਪਲਸ ਪਾ ਦਿਓ, ਕਮਿਊਨਿਟੀ ਨਾਲ ਕਮਿਊਨਿਟੀਜ਼ ਪਾ ਦਿਓ। ਜਿਹੜਾ ਵਰਡ ਉਹਨੇ ਬੋਲਿਆ ਵਾ ਉਹਦਾ ਐਸ ਈ ਐਸ ਵਾਲਾ ਵਰਡ ਨਾਲ ਦੇ ਵਰਡ ਤੁਸੀਂ ਲਿਖ ਸਕਦੇ ਹੋ, ਉਹਦੇ ਨਾਲ ਹੀ ਲਿਖ ਸਕਦੇ ਹੋ, ਬਹੁਤਾ ਦੂਰ ਨਹੀਂ, ਕੋਈ ਪ੍ਰੋਬਲਮ ਨਹੀਂ ਆ। ਜਿਹੜਾ ਵਰਡ ਸਹੀ ਹੋਊਗਾ ਉਹਨੂੰ ਉਹ ਚੱਕ ਲਊਗਾ। ਇਹ ਚੀਜ਼ ਨੂੰ ਧਿਆਨ 'ਚ ਰੱਖਿਓ। ਮੈਂ ਕਿਹਾ ਸੀ ਵੀ ਗ੍ਰਾਮੈਟੀਕਲ ਵਰਡਸ ਜ਼ਿਆਦਾ ਯੂਜ਼ ਨਾ ਕਰੋ। ਜਿਹੜੇ ਬੱਚੇ ਕੀ ਆ ਸਾਰੀ ਗ੍ਰਾਮਰ ਪਿੱਛੇ ਲੱਗ ਦਿੰਦੇ ਨਾ, ਇਜ਼ ਐਮ ਆਰ ਆਫ ਐਂਡ ਦਾ ਹੈਡ ਹੈ ਵੀ, ਉਹ ਗਲਤ ਆ, ਠੀਕ ਆ। ਉਹਦਾ ਮੁੱਲ ਕੋਈ ਨਹੀਂ, ਕਿਉਂਕਿ ਮੈਂ ਇੱਕ ਚੀਜ਼ ਦੱਸਦਾ, ਤੁੱਕੇ ਨਾ ਲਾਓ ਚੀਜ਼ ਦੇ ਵਿੱਚ, ਜਿਹੜੀ ਚੀਜ਼ ਦੇ ਵਿੱਚ ਤੁਹਾਨੂੰ ਲੱਗਦਾ ਨਾ ਵੀ ਹਾਂ ਵੀ ਜਿਵੇਂ ਜਸਟ ਫੋਰ ਐਗਜ਼ਾਮਪਲ ਯਾਰ ਗਵਰਨਮੈਂਟ ਉਹਨੇ ਬੋਲਿਆ, ਇਹ ਚੀਜ਼ ਦੇ ਵਿੱਚ ਹੋ ਸਕਦਾ ਵੀ ਮੈਨੂੰ ਐਸ ਈ ਐਸ ਦੀ ਪ੍ਰੋਬਲਮ ਰਹਿ ਗਈ ਹੋਵੇ, ਗਵਰਨਮੈਂਟ ਦੇ ਨਾਲ ਗਵਰਨਮੈਂਟਸ ਹੋ ਸਕਦਾ। ਹੁਣ ਜਿਹੜੀ ਗ੍ਰਾਮਰ ਕਿੱਥੇ ਤੁਸੀਂ ਫਸਟ ਫੋਰਮ ਵੀ ਪਾਈ ਜਾਂਦੇ ਹੋ, ਥਰਡ ਫੋਰਮ ਵੀ ਤੁਸੀਂ ਸਾਰੇ ਹੈਡ ਹੈ ਪਾਈ ਜਾਂਦੇ ਨਾਲ, ਉਹ ਚੀਜ਼ਾਂ ਗਲਤ ਆ, ਠੀਕ ਆ। ਗ੍ਰਾਮਰ ਲਿਖਣੀ ਆ, ਗ੍ਰਾਮਰ ਜਿਹੜੀ ਤੁਹਾਨੂੰ ਸੁਣੀ ਆ ਮਾੜੀ ਮੋਟੀ ਲਿਖ ਦਿਓ, ਜਾਂ ਜਿਹੜੀ ਕਨਫਿਊਜ਼ ਆ ਵੀ ਤੁਹਾਨੂੰ ਲੱਗਦਾ ਵੀ ਕੈਨ ਨਾਲ ਬੀ ਆ ਸਕਦਾ, ਹੈਜ਼ ਨਾਲ ਬੀਨ ਆ ਸਕਦਾ, ਆਫ ਨਾਲ ਦ ਆ ਸਕਦਾ, ਇਦਾਂ ਦੇ ਵਰਡ ਤੁਸੀਂ ਲਿਖ ਸਕਦੇ ਹੋ। ਬਿਨਾਂ ਗੱਲੋਂ ਵਰਡਸ ਉਹ ਗ੍ਰਾਮਰ ਦੇ ਵਿੱਚ ਐਡ ਨਾ ਕਰੋ, ਲਿਮਿਟਡ ਚੀਜ਼ ਐਡ ਕਰੋ, ਤੁਹਾਡੇ ਡਿਕਟੇਸ਼ਨ ਦੇ ਵਿੱਚ ਉਹ ਡਿਜ਼ਾਇਰ ਸਕੋਰ ਆਉਣਗੇ। ਤੇ ਜਿਹੜੇ ਬੱਚੇ ਕਹਿੰਦੇ ਸਰ ਡਿਕਟੇਸ਼ਨ ਦੀ ਸਪੀਡ ਕਿੰਨੀ ਕੁ ਐਗਜ਼ਾਮ 'ਚ ਆ ਜਾਂਦੀ ਆ, ਡਿਕਟੇਸ਼ਨ ਦੀ ਸਪੀਡ ਦਾ ਜਦੋਂ 3 ਸਪੀਡਾਂ ਐਗਜ਼ਾਮ 'ਚ ਫੇਸ ਕਰਨੀਆਂ ਪੈ ਸਕਦੀਆਂ ਨੇ, 0.8 ਦੀ ਸਪੀਡ ਐਂਡ 1.0 ਦੀ ਸਪੀਡ ਐਂਡ 1.2 ਦੀ ਸਪੀਡ, ਠੀਕ ਆ। 0.8 ਦੀ ਸਪੀਡ ਹੌਲੀ ਹੁੰਦੀ ਆ, 1.0 ਦੀ ਸਪੀਡ ਨੋਰਮਲ ਜਿਵੇਂ ਤੁਸੀਂ ਪ੍ਰੈਕਟਿਸ ਕਰਦੇ ਹੋ, ਐਂਡ 1.2 ਦੀ ਸਪੀਡ ਥੋੜ੍ਹੀ ਜਿਹੀ ਫਾਸਟ ਹੋ ਜਾਂਦੀ ਆ, ਤੇਜ਼ੀ ਦੇ ਵਿੱਚ ਹੋ ਜਾਂਦੀ, ਜਿਹਨੂੰ ਬੱਚੇ ਕਹਿੰਦੇ ਐਗਜ਼ਾਮ 'ਚ ਥੋੜ੍ਹਾ ਫਾਸਟ ਆ ਗਿਆ, ਠੀਕ ਆ। ਇਹ 3 ਚੀਜ਼ਾਂ ਤੋਂ ਆਪਾਂ ਨੂੰ ਪ੍ਰੈਕਟਿਸ ਕਰਨੀ ਚਾਹੀਦੀ ਆ, ਜੋ ਐਗਜ਼ਾਮ ਦੇ ਵਿੱਚ ਆਪਾਂ ਨੂੰ ਮਾੜੀ ਜਿਹੀ ਪ੍ਰੋਬਲਮ ਜਿਹੜੀ ਆ ਡਿਕਟੇਸ਼ਨ ਦੇ ਵਿੱਚ ਕਦੇ ਵੀ ਨਹੀਂ ਆਊਗੀ ਸੁਣਨ ਦੇ ਵਿੱਚ। ਤੇ ਐਕਸੈਂਟ ਦੀ ਜੇ ਮੈਂ ਗੱਲ ਕਰਾਂ ਤੇ ਡਿਕਟੇਸ਼ਨ ਦਾ ਐਕਸੈਂਟ ਐਗਜ਼ਾਮ 'ਚ ਕਿਵੇਂ ਆ ਸਕਦਾ ਵਾ, ਹੁਣ ਦੇ ਟਾਈਮ ਦੇ ਵਿੱਚ ਡਿਕਟੇਸ਼ਨ ਦਾ ਐਕਸੈਂਟ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਪਿਆ ਹੈਗਾ। ਨੋਰਮਲ ਜਿਵੇਂ ਆਪਾਂ ਪ੍ਰੈਕਟਿਸ ਕਰਦੇ ਪਏ ਆ ਸੇਮ ਐਜ਼ ਇਟ ਇਜ਼ ਆਪਾਂ ਨੂੰ ਐਕਸੈਂਟ ਐਗਜ਼ਾਮ ਦੇ ਵਿੱਚ ਆਉਂਦੇ ਪਏ ਆ। ਡਿਕਟੇਸ਼ਨ ਐਗਜ਼ਾਮ ਵਿੱਚ ਤੁਹਾਨੂੰ 3 ਵੀ ਆ ਸਕਦੀਆਂ ਨੇ, 4 ਵੀ ਆ ਸਕਦੀਆਂ ਨੇ, ਠੀਕ ਹੈ। ਜੇ 3 ਡਿਕਟੇਸ਼ਨ ਐਗਜ਼ਾਮ 'ਚ ਆਉਂਦੀਆਂ ਵੀ ਜਿਹੜੇ 2 ਡਿਕਟੇਸ਼ਨ ਤੁਹਾਨੂੰ ਈਜ਼ੀ ਆਉਣਗੀਆਂ, ਜਿਹੜੀਆਂ ਡਿਕਟੇਸ਼ਨਾਂ 10 ਵਰਡ ਤੋਂ ਪਲੱਸ ਦੀਆਂ ਨਹੀਂ ਹੋਣਗੀਆਂ, 10 ਵਰਡ ਤੋਂ ਨੀਚੇ ਦੀਆਂ ਹੋਣਗੀਆਂ, ਤੇ ਇੱਕ ਡਿਕਟੇਸ਼ਨ ਇਦਾਂ ਦੀ ਹੋਊਗੀ ਜਿਹੜੀ 10 ਵਰਡ ਤੋਂ ਪਲੱਸ ਦੀ ਹੋਊਗੀ। ਉਹ ਚੀਜ਼ ਨੂੰ ਪਰਫਾਰਮ ਕਰਨ ਵਾਸਤੇ ਇੱਕ ਚੀਜ਼ ਨੂੰ ਧਿਆਨ 'ਚ ਰੱਖਿਓ। ਜਿਹੜੇ ਬੱਚੇ ਮੈਨੂੰ ਚੀਜ਼ ਕਹਿੰਦੇ ਪਏ ਸੀਗੇ ਵੀ ਡਿਕਟੇਸ਼ਨ ਦੀ ਪ੍ਰੈਕਟਿਸ ਕਿੱਥੋਂ ਕਰਨੀ ਚਾਹੀਦੀ ਆ, ਡਿਕਟੇਸ਼ਨ ਦੀ ਪ੍ਰੈਕਟਿਸ ਤੁਹਾਨੂੰ ਐਪ ਯੂਨੀ ਤੋਂ ਕਰਨੀ ਚਾਹੀਦੀ ਆ। ਐਪ ਯੂਨੀ ਤੋਂ ਤੁਸੀਂ ਵੀਕਲੀ ਚਾਹੇ ਮੰਥਲੀ ਕੋਈ ਵੀ ਪ੍ਰੈਡਿਕਸ਼ਨ ਕਰੋ, 100 ਚੋਂ 99% ਡਿਕਟੇਸ਼ਨਾਂ ਜਿਹੜੀਆਂ ਨੇ ਉਹ ਐਪ ਯੂਨੀ 'ਚੋਂ ਰਿਪੀਟ ਨੇ। ਜਿੰਨੇ ਬੱਚੇ ਮੇਰੇ ਪ੍ਰੈਕਟਿਸ ਕਰਦੇ ਪਏ ਆ ਜਾਂ ਐਗਜ਼ਾਮ ਦੇਣ ਜਾਂਦੇ ਪਏ ਆ ਉਹ ਐਪ ਯੂਨੀ ਤੋਂ ਹੀ ਡਿਕਟੇਸ਼ਨਾਂ ਕਰਕੇ ਜਾਂਦੇ ਆ, ਤੇ ਮੋਸਟਲੀ ਉਹਨਾਂ ਨੇ ਐਗਜ਼ਾਮ 'ਚੋਂ ਹੀ ਡਿਕਟੇਸ਼ਨਾਂ ਰਿਪੀਟ ਹੁੰਦੀਆਂ ਨੇ। ਤੁਹਾਨੂੰ ਜੇ ਲੱਗਦਾ ਵੀ ਅਸੀਂ ਡਿਕਟੇਸ਼ਨ ਦੀ ਪ੍ਰੈਕਟਿਸ ਕਿੱਥੋਂ ਕਰੀਏ, ਸਾਨੂੰ ਐਗਜ਼ਾਮ 'ਚ ਰਿਪੀਟ ਹੋ ਜਾਣ, ਐਪ ਯੂਨੀ ਬੈਸਟ ਪਲੈਟਫਾਰਮ ਆ। ਵੀਕਲੀ ਐਂਡ ਮੰਥਲੀ ਪ੍ਰੈਡਿਕਸ਼ਨ ਦੋਵੇਂ ਕਵਰ ਕਰ ਦਿਓ, ਠੀਕ ਆ। ਤੇ ਐਗਜ਼ਾਮ ਦੇ ਵਿੱਚ ਤੁਹਾਨੂੰ ਡਿਕਟੇਸ਼ਨਾਂ ਡੈਫੀਨੇਟਲੀ 101% ਰਿਪੀਟ ਹੋਣਗੀਆਂ। ਤੇ ਜਿਹੜੇ ਬੱਚਿਆਂ ਦਾ ਮੈਨੂੰ ਇਹ ਕੁਐਸਚਨ ਸੀਗਾ ਵੀ ਸਾਨੂੰ ਡਿਕਟੇਸ਼ਨਾਂ ਚੱਕੀਆਂ ਨਹੀਂ ਆਉਂਦੀਆਂ, ਸਾਡੀ ਲਿਸਨਿੰਗ ਪਾਵਰ ਵੀਕ ਆ, ਕੋਈ ਮੈਥਡ ਇਦਾਂ ਦਾ ਦੱਸ ਦਿਓ ਡਿਕਟੇਸ਼ਨ ਨੂੰ ਚੱਕਿਆ ਜਾਵੇ। ਮੈਂ ਇੱਕ ਚੀਜ਼ ਤੁਹਾਨੂੰ ਸਮਝਾਉਣਾ ਵੀ ਟੈਕਨੀਕ ਮੈਂ ਖੁਦ ਵੀ ਫੋਲੋ ਕੀਤੀ ਸੀ ਜਦੋਂ ਮੈਂ ਆਪਣਾ ਐਗਜ਼ਾਮ ਦਿੱਤਾ ਸੀਗਾ, ਠੀਕ ਆ ਜੀ। ਤੇ ਜਦੋਂ ਮੇਰੇ ਬੱਚੇ ਹੁਣ ਮੇਰੇ ਤੋਂ ਜਿਹੜੇ ਪੇਡ ਕਲਾਸਿਸ ਲੈਂਦੇ ਆ ਉਹਨਾਂ ਨੂੰ ਵੀ ਮੈਂ ਚੀਜ਼ ਫੋਲੋ ਕਰਵਾ, ਉਹਨਾਂ ਦੇ ਕਾਫੀ ਇਹ ਮੈਥਡ ਦੇ ਨਾਲ ਜਿਹੜਾ ਮੈਥਡ ਫੋਲੋ ਕਰਵਾਇਆ, ਕਾਫੀ ਬੱਚਿਆਂ ਦੇ ਰਿਜ਼ਲਟ ਪੋਜ਼ਿਟਿਵ ਦੇਖਣ ਨੂੰ, ਬਹੁਤ ਅੱਛੇ ਰਿਜ਼ਲਟ ਦੇਖਣ ਨੂੰ ਮਿਲੇ। ਇਹ ਚੀਜ਼ ਸੀਗੀ ਮੈਂ ਸਮਝਾਇਆ ਸੀ ਬੱਚੇ ਨੂੰ।
ਨੂੰ ਫਾਲੋ ਕਰੋ ਤੁਹਾਡੀ ਬ੍ਰੇਨ ਦੀ ਸਟੋਰੇਜ ਇੰਨੀ ਕੁ ਵੱਧ ਜੂਗੀ ਠੀਕ ਆ ਤੁਹਾਡਾ ਮਾਇੰਡ ਜਿਹੜਾ ਚੀਜ਼ ਨੂੰ ਹੋਲਡ ਕਰਕੇ ਰੱਖਣਾ ਸ਼ੁਰੂ ਹੋ ਜੂਗਾ ਤੁਹਾਡਾ ਮਾਇੰਡ ਜਿਹੜਾ ਵਾ ਚੀਜ਼ ਨੂੰ ਕੰਟਰੋਲ ਕਰਨਾ ਸ਼ੁਰੂ ਹੋ ਜੂਗਾ ਕਿਉਂਕਿ ਨਾ ਕਾਫੀ ਟਾਈਮ ਦੇ ਵਿੱਚ ਬੱਚੇ ਕਹਿੰਦੇ ਸਾਨੂੰ ਚੀਜ਼ ਸੌਂਦੀ ਆ ਭੁੱਲ ਜਾਂਦੀ ਸੌਂਦੀ ਆ ਭੁੱਲ ਜਾਂਦੀ ਆ ਠੀਕ ਆ ਇਹ ਚੀਜ਼ ਨੂੰ ਤੁਸੀਂ ਇੰਪਰੂਵ ਕਰਨਾ ਚਾਹੁੰਦੇ ਹੋ ਤੁਸੀਂ ਇੱਕ ਟਾਰਗੇਟ ਬਣਾਓ ਵੀ ਮੈਂ 5 ਵਰਡ ਚੱਕਣੇ ਆ ਸਾਰੀ ਡਿਕਟੇਸ਼ਨ ਦੇ ਪਿੱਛੇ ਪਹਿਲਾਂ ਨਾ ਭੱਜੋ ਜਿਹੜਾ ਬੱਚਾ ਹੁਣ ਤੁਸੀਂ ਕਹੋਗੇ ਵੀ ਮੈਂ ਸਾਰੀ ਡਿਕਟੇਸ਼ਨ ਨੂੰ ਦਿਮਾਗ 'ਚ ਰੱਖਾਂ ਨਹੀਂ 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 ਟਾਰਗੇਟ ਬਣਾਓ ਥੋੜ੍ਹੇ ਤੋਂ ਸ਼ੁਰੂ ਕਰੋ ਜੇ 10 ਵਰਡ ਦੀ ਡਿਕਟੇਸ਼ਨ ਆ 5 ਵਰਡ ਹੋਲਡ ਕਰਨੇ ਸ਼ੁਰੂ ਕਰੋ ਠੀਕ ਆ 5 ਵਰਡ ਚੱਕਣ ਲੱਗ ਪਏ ਫਿਰ 7-8 ਵਰਡ ਤੇ ਆਓ 7-8 ਵਰਡ ਤੋਂ ਬਾਅਦ ਫਿਰ 10 ਵਰਡ ਦੀ ਡਿਕਟੇਸ਼ਨ ਹੌਲੀ ਹੌਲੀ ਸਟੈਪ ਬਾਏ ਸਟੈਪ ਇਹ ਚੀਜ਼ ਨੂੰ ਮਾਇੰਡ 'ਚ ਹੋਲਡ ਕਰਨਾ ਸ਼ੁਰੂ ਕਰੋ 10 ਸੈਕਿੰਡਸ ਤੱਕ ਇਹ ਮਾਇੰਡ 'ਚ ਡਿਕਟੇਸ਼ਨ ਨੂੰ ਹੋਲਡ ਕਰੋ ਸੋ ਡੈਫੀਨੇਟਲੀ ਤੁਸੀਂ 7 ਦਿਨਾਂ ਦੇ ਵਿੱਚ 8ਵੇਂ ਦਿਨ ਤੁਸੀਂ ਰਿਜ਼ਲਟ ਆਪਦਾ ਆਪ ਵੇਖੋਗੇ 7 ਦਿਨ ਮੈਂ ਬੱਚਿਆਂ ਨੂੰ ਦਿੰਦਾ ਹੁੰਦਾ ਸੀ ਕਿ ਵੀ 7 ਡੇਜ਼ ਦਾ ਟਾਰਗੇਟ ਆ ਕਿਉਂਕਿ ਕਲਾਸ ਦੇ ਵਿੱਚ ਵੀ ਮੈਥਡ ਫਾਲੋ ਕਰਵਾਇਆ ਐਵੇਂ ਤੁਹਾਡੇ ਨਾਲ ਕੋਈ ਮੈਥਡ ਸ਼ੇਅਰ ਨਹੀਂ ਕਰਦਾ ਪਹਿਲਾਂ ਮੈਥਡ ਕਲਾਸ 'ਚ ਐਕਸਪੈਰੀਮੈਂਟ ਹੁੰਦੇ ਆ ਜੋ ਐਕਸਪੈਰੀਮੈਂਟ ਦੇ ਵਿੱਚ ਮੈਥਡ ਕੰਮ ਕਰਦੇ ਪਏ ਆ ਫਿਰ ਉਹ ਮੈਥਡ ਤੁਹਾਡੇ ਨਾਲ ਸ਼ੇਅਰ ਕੀਤੇ ਜਾਂਦੇ ਆ ਜਿਹੜੇ ਕਾਫੀ ਬੱਚਿਆਂ ਦਾ ਲੋਅ ਲੈਵਲ ਸੀਗਾ ਇੰਪਰੂਵਮੈਂਟ ਨਹੀਂ ਕਰ ਪਾਉਂਦੇ ਸੀਗੇ ਆਹ ਮੈਥਡ ਦੇ ਨਾਲ ਬੱਚਿਆਂ ਨੇ ਦਿਨਾਂ ਦੇ ਵਿੱਚ ਇੰਪਰੂਵਮੈਂਟ ਕੀਤੀ 7 ਦਿਨਾਂ ਦੇ ਵਿੱਚ ਆਪਣੇ ਕੋਲ 10 ਤੋਂ ਪਲੱਸ ਰਿਜ਼ਲਟ ਆ ਗਏ ਦੈਟਸ ਵਾਈ ਤੁਹਾਨੂੰ ਕਿਹਾ ਵੀ 7 ਦਿਨਾਂ ਦੇ ਵਿੱਚ ਇਹ ਚੀਜ਼ ਦੀ ਇੰਪਰੂਵਮੈਂਟ ਕੀਤੀ ਜਾ ਸਕਦੀ ਆ ਸੋ ਜਿਹੜੇ ਜਿਹੜੇ ਬੱਚੇ ਦੀ ਡਿਕਟੇਸ਼ਨ ਵੀਕ ਆ ਉਹ ਇਹ ਮੈਥਡ ਨਾਲ ਪ੍ਰੈਕਟਿਸ ਕਰਨ ਦੀ ਕੋਸ਼ਿਸ਼ ਕਰੇ ਸੋ ਡੈਫੀਨੇਟਲੀ ਉਹਦੀ ਡਿਕਟੇਸ਼ਨ ਵਿੱਚ ਉਹ ਡਿਜ਼ਾਇਰ ਸਕੋਰ ਜਿਹੜੇ ਆ ਉਹ ਪ੍ਰਾਪਤ ਕਰੂਗਾ ਜੇ ਵੀਡੀਓ ਵਧੀਆ ਲੱਗੀ ਆ ਲਾਈਕ ਕਰਕੇ ਦੋਸਤ ਮਿੱਤਰਾਂ ਦੇ ਵਿੱਚ ਸ਼ੇਅਰ ਕਰ ਦਿਓ ਕਾਫੀ ਚੀਜ਼ਾਂ ਉਹਨਾਂ ਨੂੰ ਵੀ ਸਿੱਖਣ ਨੂੰ ਮਿਲ ਜਾ ਕਰਨਗੀਆਂ ਜੇ ਵੀਡੀਓ ਡੇਲੀ ਡੇਲੀ ਦੇਖਣਾ ਚਾਹੁੰਦੇ ਹੋ ਸੋ ਗੁਰਵਿੰਦਰ ਪੀਟੀ ਦਾ ਚੈਨਲ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਬੈਲ ਆਨ ਕਰ ਦਿਓ ਤੇ ਜਿਹੜੇ ਬੱਚੇ ਨੇ ਇੰਸਟਾਗ੍ਰਾਮ ਤੇ ਫੋਲੋ ਨਹੀਂ ਕੀਤਾ ਸੋ ਗੁਰਵਿੰਦਰ ਪੀਟੀ ਦਾ ਪੇਜ ਜਲਦੀ ਜਲਦੀ ਆ ਕੇ ਇੰਸਟਾਗ੍ਰਾਮ ਤੇ ਫੋਲੋ ਕਰ ਲਓ ਡਿਸਕ੍ਰਿਪਸ਼ਨ ਦੇ ਵਿੱਚ ਮੇਰਾ ਨੰਬਰ ਐਂਡ ਮੇਰਾ ਵਟਸਐਪ ਦਾ ਨੰਬਰ ਵੀ ਮੈਂਸ਼ਨ ਆ ਜੇਕਰ ਤੁਸੀਂ ਮੇਰੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ ਆਨਲਾਈਨ ਕਲਾਸਿਸ ਲੈਣਾ ਚਾਹੁੰਦੇ ਹੋ ਤੁਸੀਂ ਨੰਬਰ ਤੇ ਕਾਲ ਕਰਕੇ ਵਟਸਐਪ ਕਰਕੇ ਆਪਣੀ ਆਨਲਾਈਨ ਕਲਾਸਿਸ ਵੀ ਬੁੱਕ ਕਰ ਸਕਦੇ ਹੋ ਮਿਲਦੇ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਡਿਟੇਲ ਦੇ ਨਾਲ ਥੈਂਕ ਯੂ ਸੋ ਮਚ